ਜਿਹੜੀ ਸਾਡੀ ਹੁਣ ਫੇਸਬੁੱਕ 'ਤੇ ਇੱਕ ਜਿਹੜੀ ਵੱਖਰੀ ਜਿਹੀ ਕੌਮ ਬਣੀ ਹੋਈ ਹੈ, ਉਸ ਕੌਮ ਦਾ ਮਤਲਬ ਸਿਰਫ ਫੇਸਬੁੱਕ 'ਤੇ ਰੌਲਾ ਪਾਉਣ ਦਾ ਜਾਂ ਬਿਨਾਂ ਹਕੀਕਤ ਜਾਣੇ ਗਾਲਾਂ ਕੱਢਣ ਦਾ ਜਾਂ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਸਿਰਫ ਇਹੋ ਹੀ ਕੰਮ ਰਹਿ ਗਿਆ। ਮੈਂ ਸਮਝਦਾ ਕਿ ਹੱਕ ਜਿਹੜਾ ਹੈ ਕੌਮ ਨੇ ਹਰ ਫੇਸਬੁੱਕ ਯੂਜ਼ ਕਰਨ ਵਾਲੇ ਨੂੰ ਦਿੱਤਾ ਹੋਇਆ ਕਿ ਤੂੰ ਜੋ ਮਰਜ਼ੀ ਕਹੀ ਜਾ। ਉਹ ਲੋਕਾਂ ਨੇ ਰੌਲਾ ਪਾ ਦਿੱਤਾ ਜੀ, ਸੋਨੇ ਦੀ ਪਾਲਕੀ 'ਚ ਬੈਠ ਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ। ਸਾਧ ਸੰਗਤ ਜੀ, ਉਹ ਇੱਕ ਕੁਰਸੀ ਸੀ, ਪਾਲਕੀ ਨਹੀਂ ਸੀ, ਉਹ ਸੋਨੇ ਦੀ ਵੀ ਨਹੀਂ ਸੀ, ਸਿਰਫ ਲੱਕੜ ਦੀ ਅਤੇ ਥਰਮੋਕੋਲ ਦੀ ਬਣੀ ਹੋਈ ਇੱਕ ਕੁਰਸੀ ਸੀ। ਅਸੀਂ ਭਾਵੇਂ ਝੂਠੇ ਹਾਂ, ਭਾਵੇਂ ਸਾਨੂੰ ਕਹਿ ਲਓ ਵੀ ਅਸੀਂ ਭਾਂਡੀ ਹਾਂ, ਅਸੀਂ ਨਕਲੀਏ ਹਾਂ, ਅਸੀਂ ਨਕਲ ਕਰ ਰਹੇ ਹਾਂ, ਪਰ ਸਾਨੂੰ ਆਪਣੀ ਨਕਲ 'ਤੇ ਵੀ ਮਾਣ ਹੈ ਕਿ ਸਾਨੂੰ ਨਕਲ ਕਰਦਿਆਂ ਨੂੰ ਵੀ ਗੁਰੂ ਨੇ ਆਪਣੇ ਗੱਲ ਨਾਲ ਲਾਇਆ। ਤੀਸਰਾ ਇਤਰਾਜ਼ ਸੀ ਜੀ ਕਿ ਗਾਤਰੇ ਪਵਾ ਕੇ ਕੁੜੀਆਂ ਨਚਾਈਆਂ ਗਈਆਂ। ਬਾਬਾ ਜੀ ਦਾ ਹੁਣੇ 3-4 ਮਹੀਨੇ ਪਹਿਲਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਬੈਕ ਦੀ ਹੋ ਗਈ ਸੀ, ਜਿਹਦੇ ਕਰਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕੀਤਾ ਗਿਆ। ਇਨੀ ਦਿਨੀ ਸੋਸ਼ਲ ਮੀਡੀਆ 'ਤੇ ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨਾਲ ਜੁੜਿਆ ਹੋਇਆ ਵਿਵਾਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਦੀਆਂ ਲੋਕਾਂ ਵੱਲੋਂ ਕੁਝ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ, ਜਿਸ ਵਿੱਚ ਕਿਹਾ ਜਾ ਰਿਹਾ ਕਿ ਸਤਨਾਮ ਸਿੰਘ ਨੂੰ ਸੋਨੇ ਦੀ ਕੁਰਸੀ 'ਤੇ ਬਿਠਾ ਕੇ ਮੋਢਿਆਂ 'ਤੇ ਚੁੱਕਿਆ ਗਿਆ ਅਤੇ ਨਾਲ ਹੀ ਬਾਹੂਬਲੀ ਫਿਲਮ ਦਾ ਗੀਤ ਵੀ ਸੁਣਾਈ ਦੇ ਰਿਹਾ। ਅਤੇ ਦੂਜੀ ਤਸਵੀਰ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਭਾਈ ਸਤਵਿੰਦਰ ਸਿੰਘ ਦਿੱਲੀ ਵਾਲੇ ਅਤੇ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਕੀਰਤਨ ਕਰ ਰਹੇ ਨੇ, ਤਾਂ ਉਸ ਵੇਲੇ ਸਤਨਾਮ ਸਿੰਘ ਇੱਧਰ ਉੱਧਰ ਟਹਿਲਦੇ ਨਜ਼ਰ ਆ ਰਹੇ ਨੇ। ਇਸ ਤੋਂ ਬਾਅਦ ਲੋਕਾਂ ਵੱਲੋਂ ਪਿੱਪਲੀ ਵਾਲੇ ਦੇ ਨਾਲ ਨਾਲ ਭਾਈ ਸਤਵਿੰਦਰ ਸਿੰਘ ਦਿੱਲੀ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਅਤੇ ਹੁਣ ਇਸ ਸਭ 'ਤੇ ਸਪਸ਼ਟੀਕਰਨ ਦੇਣ ਦੇ ਲਈ ਭਾਈ ਸਤਵਿੰਦਰ ਸਿੰਘ ਜੀ ਦਿੱਲੀ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲਿਆਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਸਾਰਾ ਸਪਸ਼ਟੀਕਰਨ ਦਿੱਤਾ। ਕੀ ਹੈ ਉਹਨਾਂ ਦੀ ਇਹ ਗੱਲਬਾਤ, ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸਤਵਿੰਦਰ ਸਿੰਘ ਦਿੱਲੀ ਵਾਲੇ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਮੇਰੇ ਨਾਲ ਮੇਰੇ ਵੀਰ ਜੀ ਨੇ। ਸਾਧ ਸੰਗਤ ਜੀ, ਅੱਜ ਅਸੀਂ ਇੱਕ ਖਾਸ ਮੁੱਦੇ ਦੀ ਕਲੈਰੀਫਿਕੇਸ਼ਨ ਵਾਸਤੇ ਆਪ ਜੀ ਦੇ ਸਨਮੁੱਖ ਹੋ ਰਹੇ ਹਾਂ, ਜਿਹੜਾ ਕਿ ਫੇਸਬੁੱਕ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਉਹਦੀ ਅਸਲ ਸੱਚਾਈ ਅਤੇ ਉਹਦੇ ਬਾਰੇ ਸੰਗਤਾਂ ਨੂੰ ਥੋੜ੍ਹਾ ਜਿਹਾ ਜਾਣੂ ਕਰਵਾਉਣ ਵਾਸਤੇ ਅਸੀਂ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ। ਬਾਬਾ ਸਤਨਾਮ ਸਿੰਘ ਜੀ ਪਿਪਲੀ ਵਾਲੇ, ਜਿਨ੍ਹਾਂ ਦਾ 70ਵਾਂ ਜਨਮ ਦਿਨ 2 ਫਰਵਰੀ 2019 ਨੂੰ ਬੈਂਕੋਕ ਥਾਈਲੈਂਡ ਵਿਖੇ ਮਨਾਇਆ ਗਿਆ। ਉਹ ਸਮਾਗਮ ਬਿਨਾਂ ਸ਼ੱਕ ਹੈ ਤਾਂ ਜਨਮ ਦਿਨ ਦਾ ਨਾਂ ਦਿੱਤਾ ਗਿਆ ਸੀ, ਪਰ ਉਹ ਕੀਰਤਨ, ਟੋਟਲੀ ਕੀਰਤਨ ਸਮਾਗਮ ਹੁੰਦਾ ਹੈ, ਕਥਾ ਸਮਾਗਮ ਹੁੰਦਾ ਹੈ, ਜਿਹਦੇ ਵਿੱਚ ਹਰ ਸਾਲ ਹੀ ਕੀਰਤਨੀਆਂ ਨੂੰ ਬੁਲਾ ਕੇ, ਰਾਗੀ ਸਿੰਘਾਂ ਨੂੰ, ਜਥਿਆਂ ਨੂੰ, ਪ੍ਰਚਾਰਕਾਂ ਨੂੰ ਬੁਲਾ ਕੇ ਉੱਥੇ ਗੁਰਮਤਿ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸੋ ਉਸ ਸਿਲਸਿਲੇ ਦੇ ਵਿੱਚ ਇਸ ਸਾਲ ਸੰਨ 2019 ਵਾਲੇ ਜਨਮ ਦਿਨ 'ਤੇ ਸਾਨੂੰ ਬਾਬਾ ਜੀ ਵੱਲੋਂ ਸੱਦਾ ਪੱਤਰ ਆਇਆ, ਜਿਹਦੇ ਵਿੱਚ ਅਸੀਂ ਦੋਵੇਂ ਜਥੇ, ਭਾਈ ਗੁਰਪ੍ਰੀਤ ਸਿੰਘ ਜੀ ਅਤੇ ਦਾਸ ਦਾ ਜਥਾ, ਅਤੇ ਨਾਲ ਭਾਈ ਗਗਨਦੀਪ ਸਿੰਘ ਜੀ ਸ਼੍ਰੀ ਗੰਗਾਨਗਰ ਵਾਲੇ, ਇਸ ਤੋਂ ਇਲਾਵਾ ਭਾਈ ਅਰਜਨ ਸਿੰਘ ਜੀ ਪਰਵਾਨਾ, ਉਹ ਕੀਰਤਨੀ ਵੀ ਸਾਡੇ ਨਾਲ ਸੀ। ਸੋ ਉਸ ਸਮਾਗਮ ਦੇ ਦੌਰਾਨ ਕੁਛ ਕੁ ਵੀਡੀਓ ਵਾਇਰਲ ਹੋਈਆਂ, ਜਿਹੜੀਆਂ ਵੀਡੀਓ ਸੀਗੀਆਂ ਉਹ ਫੇਕ ਨਹੀਂ ਸੀ, ਪਰ ਉਹਨਾਂ ਦੇ ਨਾਲ ਜਿਹੜੀ ਕਹਾਣੀ ਘੜ ਦਿੱਤੀ ਗਈ ਉਹ ਟੋਟਲੀ ਫੇਕ ਸੀ। ਬਿਲਕੁਲ ਜੀ, ਉਸ ਫੇਕ ਕਹਾਣੀ ਨੂੰ ਸੰਗਤਾਂ ਨੇ ਬਿਨਾਂ ਸੋਚੇ ਸਮਝੇ ਵਿਚਾਰੇ, ਐਕਚੁਅਲੀ ਮੈਂ ਸੰਗਤਾਂ ਨੂੰ ਵੀ ਨਹੀਂ ਕਹਾਂਗਾ,
ਅਸਲ 'ਚ ਜਿਹੜੀ ਸਾਡੀ ਹੁਣ ਫੇਸਬੁੱਕ 'ਤੇ ਇੱਕ ਜਿਹੜੀ ਵੱਖਰੀ ਜੀ ਕੌਮ ਬਣੀ ਹੋਈ ਹੈ, ਫੇਸਬੁੱਕ ਵਾਲੀ ਕੌਮ ਵੱਖਰੀ ਹੋ ਗਈ ਨਾ, ਕਿਉਂਕਿ ਉਸ ਕੌਮ ਦਾ ਮਤਲਬ ਸਿਰਫ ਫੇਸਬੁੱਕ 'ਤੇ ਰੌਲਾ ਪਾਉਣ ਦਾ ਜਾਂ ਬਿਨਾਂ ਹਕੀਕਤ ਜਾਣੇ ਗਾਲਾਂ ਕੱਢਣ ਦਾ ਜਾਂ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਸਿਰਫ ਇਹੋ ਹੀ ਕੰਮ ਰਹਿ ਗਿਆ। ਇਸ ਕਰਕੇ ਅਸੀਂ ਜਿਹੜੀ ਸਾਰੀ ਸਿੱਖ ਸੰਗਤ ਹੈ ਉਸ ਨੂੰ ਬਿਲਕੁਲ ਅਸੀਂ ਇਹ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਦਾ ਮਨ ਦੁਖੇ ਜਾਂ ਕੁਛ ਹੋਵੇ, ਪਰ ਜਿਹੜੀ ਫੇਸਬੁੱਕ ਵਾਲੀ ਸਾਰੀ ਟੀਮ ਜਾਂ ਸਾਰੀ ਕੌਮ ਆਪਣੇ ਆਪ ਨੂੰ ਅਖਵਾਉਣ ਵਾਲੀ ਹੈ, ਜਿਨ੍ਹਾਂ ਦਾ ਦਰਦ ਸਿਰਫ ਫੇਸਬੁੱਕ 'ਤੇ ਝਲਕਦਾ, ਜੇ ਉਹਨਾਂ ਦਾ ਦਰਦ ਸਿੱਖੀ ਪ੍ਰਤੀ ਆਪਾਂ ਗਰਾਊਂਡ ਲੈਵਲ 'ਤੇ ਵੇਖੀਏ ਤਾਂ ਮੇਰਾ ਖਿਆਲ 0% ਹੋਏਗਾ। ਉਹਨਾਂ ਵੀਰਾਂ ਵਾਸਤੇ ਮੈਂ ਤਾਂ ਇਹ ਕਹਾਂਗਾ ਕਿ ਸਤਿਗੁਰੂ ਸਾਰਿਆਂ ਨੂੰ ਹੀ ਸਾਨੂੰ ਸਮਤ ਬਖਸ਼ਣ। ਗਲਤੀਆਂ ਹਰ ਬੰਦੇ ਕੋਲੋਂ ਹੁੰਦੀਆਂ ਨੇ, ਸ਼ਾਇਦ ਸਾਡੇ ਕੋਲੋਂ ਵੀ ਅਣਜਾਣੇ ਅਣਜਾਣੇ ਵਿੱਚ ਹੋਈ ਹੋਵੇ, ਪਰ ਸੱਚ ਇਹ ਹੈ ਵੀ ਪਹਿਲੀ ਗੱਲ ਤਾਂ ਸਾਨੂੰ ਆਪਣੀ ਲੈਂਗੁਏਜ ਵਿੱਚ ਸੰਭਾਲਣੀ ਚਾਹੀਦੀ ਹੈ, ਆਪਣੀ ਬੋਲੀ ਸੰਭਾਲਣੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਹਕੀਕਤ ਸਮਝਣੀ ਚਾਹੀਦੀ ਹੈ। ਹਕੀਕਤ ਸਮਝਣ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਗੱਲ ਅੱਗੇ ਕਿਸੇ ਨੂੰ ਕਹਿਣ ਦਾ ਹੱਕ ਹੈ। ਵੈਸੇ ਤਾਂ ਮੈਂ ਸਮਝਦਾ ਕਿ ਹੱਕ ਜਿਹੜਾ ਹੈ ਕੌਮ ਨੇ ਹਰ ਫੇਸਬੁੱਕ ਯੂਜ਼ ਕਰਨ ਵਾਲੇ ਨੂੰ ਦਿੱਤਾ ਹੋਇਆ ਕਿ ਤੂੰ ਜੋ ਮਰਜ਼ੀ ਕਹੀ ਜਾ। ਪਰ ਚਲੋ ਖੈਰ, ਮੈਂ ਹੁਣ ਆਪਣੇ ਵਿਸ਼ੇ ਵੱਲ ਆਵਾਂ। ਇਸ ਤਰ੍ਹਾਂ ਸੀ ਕਿ 2 ਫਰਵਰੀ 2019 ਨੂੰ ਬਾਬਾ ਜੀ ਦਾ ਜਨਮਦਿਨ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਕੋਈ ਵੀ ਗੁਰਸਿੱਖ ਜੇ ਆਪਣੇ ਜਨਮਦਿਨ ਨੂੰ ਗੁਰੂ ਕੀ ਬਾਣੀ ਪੜ੍ਹ ਕੇ ਗੁਰੂ ਕਾ ਕੀਰਤਨ ਕਰਵਾ ਕੇ ਕਰਾਉਂਦਾ ਤਾਂ ਉਹਦੇ ਵਿੱਚ ਮੇਰੇ ਖਿਆਲ ਵਿੱਚ ਜਨਮਦਿਨ ਮਨਾਉਣਾ ਕੋਈ ਹਰਜ਼ ਨਹੀਂ ਹੈ। ਬਿਲਕੁਲ ਜੀ, ਉਹ ਆਪਣੇ ਜਨਮਦਿਨ ਨੂੰ ਬਾਣੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਰਾਹੀਂ ਗੁਰੂ ਦੀ ਸਿੱਖਿਆ ਰਾਹੀਂ ਮਨਾਉਂਦੇ ਨੇ, ਅਤੇ ਇਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਉੱਥੇ ਜਾ ਕੇ ਕੀਰਤਨ ਕਰਨ ਵਾਸਤੇ। ਮੁੱਦਾ ਇਹ ਹੋਇਆ ਕਿ ਵੀਡੀਓ ਵਾਇਰਲ ਹੋਈ ਕਿ ਕੁਰਸੀ 'ਤੇ ਬਿਠਾ ਕੇ ਅਤੇ ਬਾਬਾ ਜੀ ਨੂੰ ਉਹਨਾਂ ਪ੍ਰੇਮੀਆਂ ਨੇ ਉਹਨਾਂ ਦੇ ਜਿਹੜੇ ਪ੍ਰੇਮੀ ਵੀ ਨਹੀਂ ਕਿਹਾ ਜਾ ਸਕਦਾ, ਉਹਨਾਂ ਦੇ ਆਪਣੇ ਰਿਸ਼ਤੇਦਾਰ, ਉਹਨਾਂ ਦੇ ਦਮਾਨ, ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰ ਸੀ, ਉਹਨਾਂ ਨੇ ਸਤਿਕਾਰ ਦਿੱਤਾ। ਸੋ ਪਹਿਲੀ ਗੱਲ ਸਾਧ ਸੰਗਤ ਜੀ, ਉਹ ਪਾਲਕੀ ਨਹੀਂ ਸੀ, ਉਹ ਇੱਕ ਕੁਰਸੀ ਸੀ। ਕੁਰਸੀ ਸੀ, ਉਹ ਕੁਰਸੀ ਜਿਹੜੀ ਸੀ ਪਾਲਕੀ, ਜਿਸ ਤਰ੍ਹਾਂ ਫੈਲਾਈ ਗਈ ਖਬਰ ਕਿ ਉਹ ਸੋਨੇ ਦੀ ਸੀ, ਉਹ ਸੋਨੇ ਦੀ ਨਹੀਂ ਸੀ, ਉਹ ਲੱਕੜ ਦੀ ਅਤੇ ਫੋਮ ਦੀ ਬਣੀ ਹੋਈ, ਥਰਮੋਕੋਲ ਦੀ, ਥਰਮੋਕੋਲ ਦੀ ਬਣੀ ਹੋਈ ਇੱਕ ਕੁਰਸੀ ਸੀ। ਉਸ ਕੁਰਸੀ ਨੂੰ ਜਿਸ ਤਰ੍ਹਾਂ ਮੈਂ ਹੁਣੇ ਵੀ ਵੀਰ ਜੀ ਨਾਲ ਗੱਲ ਕਰ ਰਿਹਾ ਸੀਗਾ, ਥਾਈਲੈਂਡ ਇੱਕ ਸਪੈਸ਼ਲ ਪੇਂਟ ਹੈ, ਉਹ ਪੇਂਟ ਕਿਸੇ ਵੀ ਲੱਕੜ 'ਤੇ ਕਰਦੇ ਹੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਜਿਵੇਂ ਉਹ ਸੋਨੇ ਦੀ ਬਣੀ ਹੁੰਦੀ ਹੈ। ਉਹ ਲੋਕਾਂ ਨੇ ਰੌਲਾ ਪਾ ਦਿੱਤਾ ਜੀ, ਸੋਨੇ ਦੀ ਪਾਲਕੀ 'ਚ ਬੈਠ ਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ, ਪਰ ਸਾਧ ਸੰਗਤ ਅਸਲੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਉੱਥੇ ਨਹੀਂ ਸੀ। ਸਾਰੀ ਸਮਾਪਤੀ ਗੁਰਦੁਆਰਾ ਸਾਹਿਬ ਵੱਖਰੀ ਹੋ ਚੁੱਕੀ ਸੀ। ਸਮਾਪਤੀ ਤੋਂ ਬਾਅਦ ਉਹਨਾਂ ਨੇ ਸਿਰਫ, ਜਿਸ ਤਰ੍ਹਾਂ ਕਿ ਥਾਈਲੈਂਡ ਦਾ ਇੱਕ ਟ੍ਰੈਡੀਸ਼ਨ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਕਈ ਵਾਰੀ ਨਗਰ ਕੀਰਤਨਾਂ ਵਿੱਚ ਸਤਿਕਾਰ ਦੇਣ ਵਾਸਤੇ ਉਹਨੂੰ ਹਾਥੀ 'ਤੇ ਬਿਠਾ ਦਿੱਤਾ ਜਾਂਦਾ। ਬਿਲਕੁਲ ਜੀ, ਹੁਣ ਹਾਥੀ 'ਤੇ ਬਿਠਾ ਕੇ ਕਿਸੇ ਬੰਦੇ ਨੂੰ ਤੁਸੀਂ ਇੰਗਲੈਂਡ ਵਰਗੇ, ਅਮਰੀਕਾ ਵਰਗੇ, ਕੈਨੇਡਾ ਵਰਗੇ ਜਾਂ ਕਿਸੇ ਵੀ ਬਾਹਰਲੇ ਮੁਲਕ ਵਿੱਚ ਘੁਮਾਓਗੇ ਤਾਂ ਲੋਕ ਵੇਖ ਕੇ ਥੋੜ੍ਹੇ ਹੈਰਾਨ ਹੋਣਗੇ ਕਿ ਇਹ ਕੀ ਹੈ, ਪਰ ਸਾਨੂੰ ਪਤਾ ਕਿ ਸਾਡਾ ਟ੍ਰੈਡੀਸ਼ਨ ਹੈ, ਅਸੀਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੁੰਦਾ। ਇਸੇ ਤਰ੍ਹਾਂ ਥਾਈਲੈਂਡ ਦਾ ਟ੍ਰੈਡੀਸ਼ਨ ਹੈ ਕਿ ਆਪਣੇ ਮਾਂ ਬਾਪ ਨੂੰ ਜਾਂ ਵੱਡਿਆਂ ਨੂੰ ਜਦੋਂ ਸਤਿਕਾਰ ਦਿੰਦੇ ਨੇ ਉਹਨਾਂ ਨੂੰ ਮੋਢੇ 'ਤੇ ਚੁੱਕਦੇ ਨੇ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਟ੍ਰੈਡੀਸ਼ਨ ਨਿਭਾਉਂਦਿਆਂ ਜਾਂ ਥਾਈ ਲੋਕਾਂ ਦੀ ਵੀ ਉੱਥੇ ਹਾਜ਼ਰੀ ਸੀ, ਉਹਨਾਂ ਨੂੰ ਵੀ ਦਿਖਾਉਣ ਵਾਸਤੇ ਕਿ ਅਸੀਂ ਆਪਣੇ ਸੰਤਾਂ ਮਹਾਂਪੁਰਸ਼ਾਂ ਦਾ ਸਤਿਕਾਰ ਇਸ ਤਰ੍ਹਾਂ ਕਰਦੇ ਹਾਂ, ਉਹਨਾਂ ਨੇ ਬਾਬਾ ਜੀ ਨੂੰ ਸਿਰਫ 1.5 ਮਿੰਟ ਵਾਸਤੇ ਆਪਣੇ ਮੋਢੇ 'ਤੇ ਚੁੱਕ ਕੇ ਉਸ ਘਰ ਤੋਂ ਸਿਰਫ ਉਸ ਜਗ੍ਹਾ 'ਤੇ ਲੈ ਕੇ ਆਉਂਦਾ ਜਿੱਥੇ ਉਹਨਾਂ ਨੇ ਬੱਚਿਆਂ ਵਾਸਤੇ ਕੇਕ ਰੱਖਿਆ ਹੋਇਆ ਸੀ। ਬਿਲਕੁਲ ਜੀ, ਔਰ ਕਿਉਂਕਿ ਬਾਬਾ ਜੀ 100-150 ਮੀਟਰ ਵੀ ਨਹੀਂ ਸੀਗਾ, 100 ਮੀਟਰ ਵੀ ਨਹੀਂ ਸੀਗਾ, 100 ਮੀਟਰ ਵੀ 100 ਮੀਟਰ ਵੀ ਨਹੀਂ ਸੀ, 100 ਮੀਟਰ ਨਾਲ 50-60 ਮਿੰਟ 50-60 ਮੀਟਰ ਹੋਏਗਾ, 100 ਮੀਟਰ ਵੀ ਨਹੀਂ ਸੀ। ਬਾਬਾ ਜੀ ਐਸੀ ਭੋਲੀ ਰੂਹ ਔਰ ਐਸੀ ਗੁਰਮੁਖ ਰੂਹ ਕਿ ਉਹਨਾਂ ਨੂੰ ਕੇਕ ਕੱਟਣ ਤੱਕ ਦਾ ਵੀ ਨਹੀਂ ਸੀ ਪਤਾ, ਉਹਨਾਂ ਨੇ ਬਲਕਿ ਬੱਚਿਆਂ ਨੂੰ ਅੱਗੇ ਕੀਤਾ ਆ ਕੇ ਕੇਕ ਕੱਟੋ ਜਾਂ ਜਿਸ ਤਰ੍ਹਾਂ ਵੀ। ਇਹ ਕੁਰਸੀ ਵਾਲਾ ਵੀਰ ਜੀ ਸਰਪ੍ਰਾਈਜ਼ ਸੀ,
ਕੁਰਸੀ ਵਾਲਾ ਸਰਪ੍ਰਾਈਜ਼ ਸੀ ਅਰਦਾਸ ਤੋਂ ਜਸਟ ਪਹਿਲਾਂ ਉਹਨਾਂ ਨੂੰ ਆ ਕੇ ਦੱਸਿਆ ਗਿਆ ਵੀ ਤੁਸੀਂ ਇੱਥੋਂ ਬਾਹਰ ਜਾਣਾ ਤੇ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈਗਾ ਪਰਿਵਾਰ ਵੱਲੋਂ ਉਹਨਾਂ ਨੂੰ ਆਪ ਨੂੰ ਵੀ ਨਹੀਂ ਸੀ ਉਹਨਾਂ ਨੂੰ ਆਪ ਨੂੰ ਵੀ ਨਹੀਂ ਸੀ ਪਤਾ ਸੋ ਮੇਨ ਗੱਲ ਇਹ ਹੈ ਕਿ ਸਾਧ ਸੰਗਤ ਜੀ ਉਹ ਇੱਕ ਕੁਰਸੀ ਸੀ ਪਾਲਕੀ ਨਹੀਂ ਸੀ ਉਹ ਸੋਨੇ ਦੀ ਵੀ ਨਹੀਂ ਸੀ ਸਿਰਫ ਲੱਕੜ ਦੀ ਅਤੇ ਥਰਮੋਕੋਲ ਦੀ ਬਣੀ ਹੋਈ ਇੱਕ ਕੁਰਸੀ ਸੀ ਉਹਨਾਂ ਨੇ ਇੱਕ ਡੇਢ ਮਿੰਟ ਵਾਸਤੇ ਉਹ ਆਪਣੀ ਕਹਿ ਲਓ ਟ੍ਰੈਡੀਸ਼ਨ ਪੂਰਾ ਕਰਕੇ ਬਾਬਾ ਜੀ ਨੂੰ ਉਸ ਜਗ੍ਹਾ 'ਤੇ ਲੈ ਕੇ ਆਏ ਦੂਸਰਾ ਸਵਾਲ ਸੰਗਤ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਕ ਕਰ ਰਹੇ ਸੀ ਕੀਰਤਨ ਦੇ ਦੌਰਾਨ ਅੱਛਾ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਜੀ ਤੁਸੀਂ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸ਼ਬਦ ਪੜ੍ਹਦੇ ਸੀ ਤੁਸੀਂ ਉਹ ਸ਼ਬਦ ਗੁਰਬਾਣੀ ਦਾ ਕਿਸੇ ਸੰਤ 'ਤੇ ਕਿਉਂ ਟੁਕਾ ਕੇ ਪੜ੍ਹ ਰਹੇ ਹੋ ਸਾਧ ਸੰਗਤ ਮੈਂ ਪਹਿਲਾਂ ਤਾਂ ਅਰਥ ਸਪਸ਼ਟ ਕਰਦੇ ਹਾਂ ਵੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਸਾਹਿਬ ਜੀ ਕਹਿ ਰਹੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਭਗਤਾਂ ਦਾ ਆਸਰਾ ਹੈ ਬਿਲਕੁਲ ਅਤੇ ਤੂੰ ਭਗਤਾਂ ਦੀ ਸੰਤਾਂ ਦਾ ਸਹਾਰਾ ਹੈ ਜੇ ਇੱਕ ਸੰਤ ਸਾਹਮਣੇ ਬੈਠਾ ਹੋਇਆ ਮੈਂ ਸੰਤ ਨੂੰ ਆਖਾਂਗਾ ਕਿ ਤੂੰ ਸੰਤ ਦਾ ਸਹਾਰਾ ਬਿਲਕੁਲ ਜੀ ਉਸ ਸ਼ਬਦ ਸੰਬੋਧਨ ਹੀ ਅਕਾਲ ਪੁਰਖ ਨੂੰ ਸ਼ਬਦ ਸੰਬੋਧਨ ਅਕਾਲ ਪੁਰਖ ਨੂੰ ਹੈ ਬਿਲਕੁਲ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਿ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਗੁਰਮੁਖੋ ਜੇ ਇਸ ਤਰ੍ਹਾਂ ਬਾਣੀ ਦੀਆਂ ਤੁੱਕਾਂ ਨੂੰ ਲੈ ਕੇ ਕਿਸੇ ਬੰਦੇ ਨਾਲ ਜੋੜਨਾ ਸ਼ੁਰੂ ਕਰਾਂਗੇ ਤਾਂ ਮਾਫ਼ ਕਰਨਾ ਫਿਰ ਤਾਂ ਇਸ ਤਰ੍ਹਾਂ ਹੋ ਜਾਏਗਾ ਕਿ ਅਸੀਂ ਆਪਣੇ ਘਰਾਂ ਵਿੱਚ ਪੂਤਾ ਮਾਤਾ ਕੀ ਅਸੀਂ ਸ਼ਬਦ ਪੜ੍ਹਦੇ ਹਾਂ ਉਹ ਵੀ ਕਿਸੇ ਪਾਸਿਓਂ ਨਹੀਂ ਟੁੱਕਦਾ ਬਿਲਕੁਲ ਜੀ ਲੱਖ ਖੁਸ਼ੀਆਂ ਸ਼ਬਦ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਹ ਵੀ ਕਿਸੇ ਪਾਸਿਓਂ ਨਹੀਂ ਟੁੱਕਦਾ ਨਹੀਂ ਟੁੱਕਦਾ ਬਿਲਕੁਲ ਮ੍ਰਿਤਕ ਦੇ ਜਿੰਨੇ ਸ਼ਬਦ ਅਸੀਂ ਪ੍ਰਾਣੀ ਵਾਸਤੇ ਪੜ੍ਹਦੇ ਹਾਂ ਵੀ ਆਪ ਕੀ ਬਾਰ ਬਖਸ਼ ਬੰਦੇ ਕੋ ਉਹ ਕਿਸੇ ਪਾਸਿਓਂ ਵੀ ਉਸ ਟੌਪਿਕ 'ਤੇ ਨਹੀਂ ਟੁੱਕਦਾ ਬਿਲਕੁਲ ਸਹੀ ਮੈਨੂੰ ਮਾਫ਼ ਕਰਨਾ ਪਰ ਉਹ ਸ਼ਬਦ ਪੜ੍ਹੇ ਜਾਂਦੇ ਨੇ ਕਦੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕਈ ਕਦੀ ਕਿਸੇ ਨੇ ਇਹ ਨਹੀਂ ਕੀਤਾ ਪਰ ਇਹ ਆ ਕਿ ਫੇਸਬੁੱਕ ਵਾਲੀ ਜਿਹੜੀ ਸਾਡੀ ਕੌਮ ਹੈ ਉਹਨਾਂ ਦਾ ਜ਼ੋਰ ਸਾਡਾ ਰਾਗੀ ਸਿੰਘਾਂ 'ਤੇ ਚੱਲ ਜਾਂਦਾ ਬਿਲਕੁਲ ਰਾਗੀ ਸਿੰਘਾਂ ਨੂੰ ਗਾਲਾਂ ਕੱਢਣੀਆਂ ਸੌਖੀਆਂ ਹੈ ਕਿਉਂਕਿ ਉਹਨਾਂ ਨੇ ਅੱਗੋਂ ਕੁਛ ਬੋਲਣਾ ਨਾ ਕੋਈ ਐਕਸ਼ਨ ਲੈਣਾ ਸਾਡਾ ਕੌਣ ਕੋਈ ਸਾਡਾ ਮਾਈ ਬਾਪ ਥੋੜ੍ਹੀ ਹੈ ਕੋਈ ਹੈ ਨਾ ਜੀ ਗੱਲ ਹੈ ਸੋ ਉਹਨਾਂ ਨੇ ਇਹ ਕਿਹਾ ਜੀ ਕਿ ਤੁਸੀਂ ਉੱਥੇ ਸ਼ਬਦ ਪੜ੍ਹਿਆ ਅਤੇ ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਾਕ ਕਰਦੇ ਸੀ ਸਾਧ ਸੰਗਤ ਬਾਬਾ ਜੀ ਦਾ ਹੁਣੇ 3-4 ਮਹੀਨੇ ਪਹਿਲਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਬੈਕ ਦੀ ਹੋ ਗਈ ਸੀ ਜਿਹਦੇ ਕਰਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਡਾਕਟਰ ਨੇ ਉਹਨਾਂ ਨੂੰ ਬੈਠਣ ਤੋਂ ਸਖਤ ਮਨ੍ਹਾ ਕੀਤਾ ਕਿ ਤੁਸੀਂ ਨਹੀਂ ਬੈਠ ਸਕਦੇ ਪਰ ਉਹਨਾਂ ਦਾ ਇਸ਼ਕ ਕੀਰਤਨ ਨਾਲ ਐਸਾ ਬਿਲਕੁਲ ਉਹਨਾਂ ਦਾ ਪਿਆਰ ਬਾਣੀ ਨਾਲ ਐਸਾ ਜੀ ਆਪਰੇਸ਼ਨ ਵੀ ਜਿਹੜਾ ਹੋਇਆ ਉਹਦੇ ਉਹਨਾਂ ਦੀ ਆਪਣਾ ਆਪਰੇਸ਼ਨ ਦਾ ਕਾਰਨ ਵੀ ਉਹਨਾਂ ਦਾ ਜ਼ਿਆਦਾ ਬੈਠਕ ਸੀ ਜ਼ਿਆਦਾ ਬੈਠਕ ਕਿ ਕੀਰਤਨ ਦੇ ਵਿੱਚ ਜ਼ਿਆਦਾ ਕਿਉਂਕਿ 8-8, 10-10 ਘੰਟੇ ਦੀ ਉਹਨਾਂ ਦੀ ਬੈਠਕ ਸੀ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਮੈਂ ਇੱਥੇ ਬੇਨਤੀ ਕਰਾਂ ਵੀਰ ਜੀ ਆਪਾਂ ਪਿਪਲੀ ਵੀ ਜਾਂਦੇ ਹਾਂ 70-70 ਜਥੇ 70-70, 80-80 ਜਥੇ ਇੱਕ ਬੰਦਾ ਬੈਠ ਕੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੋਈ ਬੈਠ ਕੇ ਸੁਣ ਕੇ ਦਿਖਾਵੇ ਵੀਰ ਜੀ ਇਹ ਮੁਸ਼ਕਲ ਬਾਤ ਹੈ ਇਹ ਮੁਸ਼ਕਲ ਬਾਤ ਹੈ ਬਿਲਕੁਲ ਜੀ ਕਿ 70 ਜਥਿਆਂ ਨੂੰ ਸੁਣਨਾ ਫਿਰ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਸਰਦੀ ਪੁੱਜ ਦੀ ਭੇਟਾ ਦੇ ਕੇ ਉਹਨਾਂ ਨੂੰ ਖੁਸ਼ ਕਰਕੇ ਤੋਰਨਾ ਉੱਥੇ ਵੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ 6 ਦਿਨ ਦਾ ਸਮਾਗਮ ਸੀ ਸਵੇਰੇ ਸ਼ਾਮ 6-6 ਘੰਟੇ ਕੀਰਤਨ ਹੁੰਦਾ ਰਿਹਾ ਬਿਲਕੁਲ ਲਗਭਗ 6 ਤੋਂ ਲੈ ਕੇ 12 ਵਜੇ ਤੱਕ ਸ਼ਾਮ ਨੂੰ ਵੀ ਲਗਭਗ 6 ਵਜੇ ਤੋਂ ਲੈ ਕੇ 12-12 ਵਜੇ ਤੱਕ ਕੀਰਤਨ ਹੁੰਦਾ ਰਿਹਾ ਮੇਰਾ ਖਿਆਲ ਸਾਧ ਸੰਗਤ ਜਿਹੜੀ ਮੇਰੀ ਫੇਸਬੁੱਕ ਵਾਲੀ ਕੌਮ ਹੈ ਉਹਨੂੰ ਇਹ ਨਜ਼ਰ ਨਹੀਂ ਆਇਆ ਕਿ ਬਾਬਾ ਜੀ 12 ਘੰਟੇ ਦਿਹਾੜੀ ਦੇ ਬੈਠ ਕੇ ਕੀਰਤਨ ਸੁਣ ਰਹੇ ਨੇ ਬਿਲਕੁਲ ਔਰ ਉਹ ਸੰਗਤ ਵੀ ਦੀਵਾਨਿਆਂ ਵਾਂਗ ਕੀਰਤਨ ਸੁਣ ਰਹੀ ਹੈ ਸਿਰਫ ਇੱਕ 1.5 ਮਿੰਟ ਦੀ ਕੁਰਸੀ 'ਤੇ ਬੈਠ ਕੇ ਚੜ੍ਹਦਾ ਨਜ਼ਰ ਆ ਗਿਆ ਸੋ ਖੈਰ ਮੈਂ ਉਸ ਪਾਸੇ ਆਵਾਂ ਕਿ ਬਾਬਾ ਜੀ ਦੀ ਕਮਰ ਦਾ ਬੈਕ ਦੀ ਹੱਡੀ ਦਾ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ ਜਿਹਦੇ ਕਰਕੇ ਡਾਕਟਰ ਦੀ ਹਿਦਾਇਤ ਸੀ ਕਿ ਤੁਸੀਂ ਬੈਠ ਨਹੀਂ ਸਕਦੇ ਜੇ ਬੈਠੋ ਵੀ ਤਾਂ ਕੋਸ਼ਿਸ਼ ਕਰੋ ਕਿ 5-7-10 ਮਿੰਟ ਬਾਅਦ ਤੁਸੀਂ 5-7-10 ਮਿੰਟ ਵਾਕ ਕਰਕੇ ਜਾਂ ਆਪਣੀਆਂ ਲੱਤਾਂ ਸਿੱਧੀਆਂ ਕਰਕੇ ਇੱਕ ਬਜ਼ੁਰਗ ਬੰਦਾ ਬੈਠ ਕੇ ਲੰਮੀ ਦੇਰ ਚੌਂਕੜੀ ਮਾਰ ਕੇ ਕੀਰਤਨ ਸੁਣ ਰਿਹਾ ਹੈ
ਅਤੇ ਜੇ ਉਹ ਆਪਣੇ ਸਰੀਰ ਦੀ ਸਹੂਲਤ ਵਾਸਤੇ 2 ਮਿੰਟ ਉੱਥੇ ਆਪਣੀਆਂ ਲੱਤਾਂ ਸਿੱਧੀਆਂ ਕਰਨ ਵਾਸਤੇ ਖੜ੍ਹਾ ਹੈ ਤਾਂ ਇਹਦੇ ਵਿੱਚ ਕਿਹੜਾ ਗੁਨਾਹ ਹੈ ਸਾਧ ਸੰਗਤ ਜੀ? ਜੇ ਗੁਨਾਹ ਹੈ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਦੁਨੀਆ ਭਰ ਦੇ 98% ਗੁਰਦੁਆਰਿਆਂ ਵਿੱਚੋਂ ਕੀਰਤਨ ਖਤਮ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਜਗ੍ਹਾ ਕੁਰਸੀਆਂ ਲੱਗੀਆਂ ਜੀ, ਜਿਹੜੇ ਨਹੀਂ ਬੈਠ ਸਕਦੇ ਉਹਨਾਂ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਨੇ, ਔਰ ਸੰਗਤ ਕੁਰਸੀਆਂ 'ਤੇ ਬੈਠ ਕੇ ਕੀਰਤਨ ਸੁਣਦੀ ਹੈ। ਇੱਥੇ ਮੈਂ ਇੱਕ ਗੱਲ ਹੋਰ ਸਾਂਝੀ ਕਰਾਂ, ਮਸਲਾ ਇਹ ਨਹੀਂ ਕਿ ਅਸੀਂ ਕਿਸ ਪੋਜੀਸ਼ਨ ਵਿੱਚ ਕਿਸ ਉਹਦੇ ਵਿੱਚ ਬੈਠ ਕੇ ਸੁਣਦੇ। ਹਾਂ, ਗੁਰੂ ਘਰ ਦੀ ਮਰਿਆਦਾ ਜ਼ਰੂਰ ਹੈ ਕਿ ਚੌਂਕੜਾ ਮਾਰ ਕੇ ਆਪਾਂ ਬੈਠ ਕੇ ਆਨੰਦ ਨਾਲ ਕੀਰਤਨ ਸੁਣਦੇ ਹਾਂ, ਪਰ ਉਹਦੇ ਨਾਲੋਂ ਜ਼ਿਆਦਾ ਵੱਡਾ ਮਸਲਾ ਇਹ ਹੈ ਕਿ ਸਾਡੇ ਕੰਨ ਸ਼ਬਦ ਸੁਣਨ ਵਾਸਤੇ ਜੁੜੇ ਹੋਏ ਨੇ ਕਿ ਨਹੀਂ ਜੁੜੇ ਹੋਏ? ਜੇ ਅਸੀਂ ਕੰਨਾਂ ਨਾਲ ਬਾਣੀ ਸੁਣਦੇ ਹਾਂ, ਉਹਨੂੰ ਵਿਚਾਰੀਏ, ਸਮਝੀਏ, ਅਤੇ ਉਸ ਤੋਂ ਬਾਅਦ ਉਹਦੇ 'ਤੇ ਅਮਲ ਕਰਕੇ ਜ਼ਿੰਦਗੀ ਜੀਏ। ਸਾਧ ਸੰਗਤ, ਅਸੀਂ ਉੱਥੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹ ਬਾਣੀ ਸਿਰਫ ਸੁਣਦੇ ਨਹੀਂ, ਉਸ ਬਾਣੀ ਨੂੰ ਜਿੰਦੇ ਨੇ, ਜਿੰਦੇ ਨੇ, ਉਸ ਬਾਣੀ ਨੂੰ ਜਿੰਦੇ ਨੇ, ਕਿਉਂਕਿ ਅਸੀਂ ਲਾਗੇ ਹੋ ਕੇ ਵੇਖਿਆ। ਅੱਛਾ ਆਪਾਂ ਮਹਾਰਾਜ ਬਾਬਾ ਜੀ ਹੋਰੀ ਜਦੋਂ ਆਪਣਾ ਜੇ ਬਾਣੀ ਦੇ ਸਤਿਕਾਰ ਦੀ ਬਾਤ ਕਰੀਏ ਤਾਂ ਉਹਨਾਂ ਦੇ ਆਪਣੇ ਬੇਟਾ ਜਦੋਂ ਕੀਰਤਨ ਨਿਰਮਲ ਜੀ ਕਰ ਰਹੇ ਸੀਗੇ, ਲਾਵਾਂ ਦੁਲਾਵਾਂ ਪਿੱਛੇ ਸਾਹਮਣੇ ਮੈਨੂੰ ਥਾਈਲੈਂਡ ਦੇ ਐਂਬੈਸਡਰ ਬੈਠੇ ਸਨ, ਪੁਲਿਸ ਦੇ ਅਧਿਕਾਰੀ ਬੈਠੇ ਸਨ, ਹੋਰ ਕਈ ਵੱਡੇ ਲੋਕ ਬੈਠੇ ਸਨ, ਉਹਨਾਂ ਤੋਂ ਲਾਂ ਦੁਲਾਂ ਦੀ ਗਲਤੀ ਹੋਈ ਅਤੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਉਹਨਾਂ ਨੂੰ ਅੜਕਾਇਆ, ਝਿੜਕਿਆ ਲਾਈਵ। ਉਹ ਤਾਂ ਕਿਸੇ ਨੇ ਨਹੀਂ ਦਿਖਾਇਆ ਕਿ ਗੁਰਬਾਣੀ ਦੇ ਸਤਿਕਾਰ ਵਜੋਂ ਆਪਣੇ ਬੇਟੇ ਨੂੰ ਸਾਰੇ ਅਫਸਰਾਂ ਦੇ ਸਾਹਮਣੇ ਝਿੜਕ ਰਿਹਾ ਕਿ ਇਹ ਲਾਂ ਦੁਲਾਂ ਇੱਦਾਂ ਨਹੀਂ ਪੜ੍ਹਨੀ, ਇਹ ਲਫ਼ਜ਼ ਇੱਦਾਂ ਨਹੀਂ ਪੜ੍ਹਨਾ, ਮਤਲਬ ਅੱਤ ਦਾ ਸਤਿਕਾਰ ਉੱਥੇ ਆਪਣੇ। ਮੈਂ ਇੱਕ ਗੱਲ ਵੀਰ ਜੀ ਹੋਰ ਇੱਥੇ ਸਾਂਝੀ ਕਰਾਂਗਾ, ਸਾਡੀ ਜਿੰਨਾ ਚਿਰ ਵਿਚਰਦਿਆਂ ਆਪਾਂ ਨੂੰ ਹੋ ਗਿਆ ਇਹ ਵੇਖਿਆ ਕਿ ਜਦੋਂ ਸੰਤਾਂ ਦਾ ਜਾਂ ਸਾਧੂਆਂ ਦਾ ਜਾਂ ਡੇਰਿਆਂ ਦਾ ਨਾਂ ਆਉਂਦਾ ਹੈ ਉਦੋਂ ਇੱਕ ਬੜੀ ਇੱਕ ਸੋਚ ਸਾਡੇ ਮਨ ਵਿੱਚ ਇੱਕਦਮ ਉੱਠਦੀ ਹੈ ਕਿ ਸੰਤਾਂ ਦੇ ਡੇਰਿਆਂ 'ਤੇ, ਸਾਧਾਂ ਦੇ ਡੇਰਿਆਂ 'ਤੇ ਇਸ ਤਰ੍ਹਾਂ ਜੀ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਕੋਲੋਂ ਪੈਸੇ ਠੱਗਿਆ ਜਾਂਦਾ, ਪੈਸੇ ਠੱਗੇ ਜਾਂਦੇ ਬਿਲਕੁਲ ਜੀ। ਪਰ ਮੈਂ ਇੱਕ ਗੱਲ ਸਾਧ ਸੰਗਤ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇੱਥੇ ਕੰਮ ਬਿਲਕੁਲ ਉਲਟ ਹੈ, ਬਿਲਕੁਲ ਇੱਥੇ ਠੱਗਿਆ ਨਹੀਂ ਜਾਂਦਾ, ਇੱਥੇ ਬਲਕਿ ਆਪਣੇ ਕੋਲੋਂ ਮਾਇਆ ਖਰਚ ਕੇ ਸੰਗਤ ਨੂੰ ਨਾਲ ਜੋੜਿਆ ਜਾਂਦਾ। ਜਿਸ ਸੰਗਤ ਦੀ ਮੈਂ ਗੱਲ ਕਰ ਰਿਹਾ ਮਹਾਰਾਜਾ ਗਾਰਡਨ ਸਿਟੀ, ਅਤੇ ਉਹਨਾਂ ਦੀ ਮੋਸਟਲੀ ਸੰਗਤ ਜਿਹੜੀ ਕਿਤੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੈ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰ ਸਕਦੇ ਨੇ, ਸਾਰੇ ਕੀਰਤਨ ਕਰ ਸਕਦੇ, ਤਬਲਾ ਵਜਾ ਸਕਦੇ, ਅਰਦਾਸ ਮਹਾਰਾਜ ਦੇ ਸੁਖਾਸਨ ਦੀ ਸੇਵਾ ਸਾਰਿਆਂ ਬੱਚਿਆਂ ਨੂੰ ਸਿਖਾਉਂਦੇ। ਸਾਧ ਸੰਗਤ, ਜੇ ਕੋਈ ਮਾਫ ਕਰਨਾ, ਅਸੀਂ ਇੱਥੇ ਦੇ ਵੀ ਸੰਤ ਵੇਖੀਦੇ ਨੇ ਜਿਹੜੇ ਤੁਹਾਨੂੰ ਸਮੋਸੇ ਖਵਾ ਕੇ ਰਾਜ਼ੀ ਕਰ ਦਿੰਦੇ ਨੇ, ਜਲੇਬੀਆਂ ਖਵਾ ਕੇ ਰਾਜ਼ੀ ਕਰਦੇ ਨੇ, ਪਰ ਸਾਨੂੰ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਸਾਰਾ ਕੁਝ ਕਰ ਰਹੇ ਨੇ। ਸੋ ਮੇਰੀ ਬੇਨਤੀ ਹੈ ਸਾਧ ਸੰਗਤ ਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਕੀਰਤਨ ਦੇ ਦੌਰਾਨ ਆਪਣੀ ਸਰੀਰਕ ਮਜਬੂਰੀ ਕਰਕੇ ਉੱਠ ਕੇ ਖੜ੍ਹਾ ਹੋ ਕੇ ਆਪਣੀਆਂ ਲੱਤਾਂ ਸਿੱਧੀਆਂ ਕਰ ਰਿਹਾ ਜਾਂ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਰਿਲੈਕਸੇਸ਼ਨ ਵਾਸਤੇ ਖੜ੍ਹਾ ਹੈ ਅਤੇ ਉਹਦੇ ਵਿੱਚ ਇੰਨਾ ਵੱਡਾ ਮੁੱਦਾ ਆਪਾਂ ਨਾ ਬਣਾਈਏ, ਇੰਨਾ ਵੱਡਾ ਮੁੱਦਾ ਨਾ ਬਣਾਈਏ ਕਿ ਉਹ ਕਿਸੇ ਬੰਦੇ ਦਾ ਭਰੋਸਾ ਹੀ ਉੱਠ ਜਾਏ ਕੌਮ ਤੋਂ ਅਤੇ ਉਹ ਇਸ ਤਰ੍ਹਾਂ ਦੀ ਸੋਚ ਸੋਚਣ ਲੱਗ ਪੈਣ ਕਿ ਮੈਂ ਇਹੋ ਜਿਹੇ ਸਿੱਖਾਂ ਕੋਲੋਂ ਕੀ ਲੈਣਾ। ਬਿਲਕੁਲ ਜੀ। ਸਾਧ ਸੰਗਤ ਜੀ, ਬਹੁਤ ਸਾਰੇ ਮੇਰੀ ਫੇਸਬੁੱਕ ਚਲਾਉਣ ਵਾਲੇ ਕੌਮ ਦੇ ਜਿਹੜੇ ਠੇਕੇਦਾਰ ਨੇ, ਧਰਮ ਦੇ ਠੇਕੇਦਾਰ, ਉਹਨਾਂ ਦਾ ਇਤਰਾਜ਼ ਸੀ ਕਿ ਤੁਸੀਂ ਆਪਣੀ ਜ਼ਮੀਰ ਨੂੰ ਵੇਚ ਕੇ ਇੱਕ ਚਾਰ ਛਿੱਲੜਾਂ ਵਾਸਤੇ, ਪੈਸਿਆਂ ਵਾਸਤੇ ਉੱਥੇ ਜਾ ਕੇ ਕੀਰਤਨ ਕਰ ਰਹੇ ਹੋ। ਬਿਲਕੁਲ ਜੀ। ਅਤੇ ਬੜਿਆਂ ਨੇ ਬਾਣੀ ਦੀਆਂ ਤੁੱਕਾਂ ਵੀ ਨਾਲ ਜੋੜ ਦਿੱਤੀਆਂ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜਿਆਂ ਧਰਤੀ ਨਾਲ। ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਰੋਟੀਆਂ ਕਾਰਨ ਪੂਰੇ ਤਾਲ ਹੀ। ਬਿਲਕੁਲ, ਕਿਰਤ ਹੈ ਸਾਡੀ, ਸਾਡੀ ਕਿਰਤ ਹੈ, ਸਾਡੀ ਕਿਰਤ, ਔਰ ਸਾਨੂੰ ਇਸ ਕਿਰਤ 'ਤੇ ਮਾਣ ਹੈ, ਫਖਰ ਹੈ ਕਿ ਸਾਡੀ ਕਿਰਤ ਗੁਰੂ ਨਾਲ ਜੁੜੀ ਹੋਈ, ਗੁਰੂ ਨਾਲ। ਅਸੀਂ ਭਾਵੇਂ ਝੂਠੇ ਹਾਂ, ਭਾਵੇਂ ਸਾਨੂੰ ਕਹਿ ਲਓ ਵੀ ਅਸੀਂ ਭਾਂਡੀ ਹਾਂ, ਅਸੀਂ ਨਕਲੀਏ ਹਾਂ, ਅਸੀਂ ਨਕਲ ਕਰ ਰਹੇ ਹਾਂ, ਪਰ ਸਾਨੂੰ ਆਪਣੀ ਨਕਲ 'ਤੇ ਵੀ ਮਾਣ ਹੈ ਕਿ ਸਾਨੂੰ ਨਕਲ ਕਰਦਿਆਂ ਨੂੰ ਵੀ ਗੁਰੂ ਨੇ ਆਪਣੇ ਗੱਲ ਨਾਲ ਲਾਇਆ। ਬਿਲਕੁਲ ਜੀ, ਗੁਰੂ ਦੂਸਰੀ ਬਿਠਾ ਕੇ ਮਾਣ ਬਖਸ਼ਿਆ ਗੁਰੂ ਨੇ। ਦੂਸਰੀ ਗੱਲ ਸਾਧ ਸੰਗਤ ਜੀ,
ਜੇ ਅਸੀਂ ਇੰਨੇ ਵੀ ਜ਼ਮੀਰ ਤੋਂ ਡਿੱਗੇ ਹੋਏ ਨਹੀਂ ਹੈਗੇ, ਕੋਈ ਵੀ ਇਨਸਾਨ ਨਹੀਂ ਇਸ ਤਰ੍ਹਾਂ ਦਾ ਹੁੰਦਾ ਵੀ ਜਿਸ ਸਾਹਿਬ ਦਾ ਦਿੱਤਾ ਹੋਇਆ ਕੋਈ ਖਾਵੇ ਅਤੇ ਉਸ ਸਾਹਿਬ ਦੀ ਨਰਾਦਰੀ ਹੋਵੇ ਅਤੇ ਅਸੀਂ ਚੁੱਪ ਕਰਕੇ ਉੱਥੇ ਵੇਖਦੇ ਹੋਈਏ, ਇਸ ਤਰ੍ਹਾਂ ਬਿਲਕੁਲ ਨਹੀਂ। ਜ਼ਮੀਰ ਮਰੀ ਨਹੀਂ ਸਾਡੀ ਹਲੇ। ਜੇ ਸਾਨੂੰ ਕੁਛ ਵੀ ਇਸ ਤਰ੍ਹਾਂ ਦਾ ਉੱਥੇ ਨਜ਼ਰ ਆਉਂਦਾ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ, ਅਸੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ, ਅਸੀਂ ਉਹਨਾਂ ਨੂੰ ਜ਼ਰੂਰ ਸਲਾਹ ਕਰਕੇ ਕਹਿੰਦੇ ਕਿ ਨਹੀਂ ਇਹ ਗੱਲ ਗਲਤ ਹੈ, ਇਸ ਤਰ੍ਹਾਂ ਨਾ ਕੀਤੀ ਜਾਏ। ਸੋ ਇੱਥੇ ਮੈਂ ਇਹ ਪੱਖ ਆਪਣਾ ਕਲੀਅਰ ਕਰਨਾ ਸੀ। ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਕਿ 6 ਦਿਨ 6-6 ਘੰਟੇ ਲਗਾਤਾਰ ਸਵੇਰੇ ਸ਼ਾਮ ਕੀਰਤਨ ਹੁੰਦਾ ਰਿਹਾ, ਔਰ ਬਾਬਾ ਜੀ ਸੰਗਤ ਦੇ ਆਉਣ ਤੋਂ ਪਹਿਲਾਂ ਆਪ ਆ ਜਾਂਦੇ ਸੀ। ਬਿਲਕੁਲ ਜੀ। ਔਰ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਸਾਰੀ ਸਮਾਪਤੀ ਤੋਂ ਹੋਣ ਤੋਂ ਬਾਅਦ ਆਪ ਹੋ ਜਾਂਦੇ ਸੀਗੇ, ਔਰ ਸੰਗਤ ਨਾਲ ਬੈਠ ਕੇ ਲੰਗਰ ਛਕਦੇ ਸੀ, ਸੰਗਤ ਨਾਲ ਬੈਠ ਕੇ ਹਰ ਚੀਜ਼ ਜਲ ਪਾਣੀ ਜੋ ਵੀ ਉਹਨਾਂ ਨੇ ਲੰਗਰ ਪ੍ਰਸ਼ਾਦਾ ਛਕਣਾ ਹੁੰਦਾ ਸੀ। ਇਹਦੇ ਵਿੱਚ ਦੱਸੋ ਵੀ ਇੱਕ ਸਾਧੂ ਜੇ ਸੰਗਤ ਨੂੰ ਨਾਲ ਲੈ ਕੇ, ਇੱਕ ਮੈਂ ਕਹਿੰਦਾ ਚਲੋ ਸਾਧੂ ਨੂੰ ਵੀ ਛੱਡੋ, ਇੱਕ ਆਮ ਮਨੁੱਖ ਵੀ ਜੇ ਇਸ ਤਰ੍ਹਾਂ ਸੰਗਤ ਨੂੰ ਨਾਲ ਗੁਰੂ ਸਾਹਿਬ ਨਾਲ ਜੋੜ ਰਿਹਾ ਤਾਂ ਇਹਦੇ ਵਿੱਚ ਕਿਹੜੀ ਪਾਪ ਵਾਲੀ ਗੱਲ ਹੈ। ਸਾਧ ਸੰਗਤ ਇੰਨਾ ਅਸੀਂ ਨਾ ਗੁੱਸੇ ਵਿੱਚ ਆਇਆ ਕਰੀਏ ਕਿ ਜਿਹੜੇ ਸੱਚੀ ਮੁੱਚੀ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਭਰੋਸਾ ਜਾਂ ਉਹਨਾਂ ਦੇ ਮਨ 'ਤੇ ਕੋਈ ਠੇਸ ਪਹੁੰਚੇ, ਇਸ ਗੱਲ ਦਾ ਸਾਨੂੰ ਥੋੜ੍ਹਾ ਜਿਹਾ ਜ਼ਰੂਰ ਗੁਰੇਜ਼ ਕਰਨਾ ਚਾਹੀਦਾ। ਤੀਸਰੀ ਵੀਡੀਓ ਸੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਪਹਿਲੀ ਵੀਡੀਓ ਕੁਰਸੀ ਅਤੇ ਪਾਲਕੀ ਦਾ ਮਸਲਾ ਸੀ, ਪਾਲਕੀ ਨਹੀਂ ਸੀ ਕੁਰਸੀ ਸੀ। ਦੂਸਰੀ ਗੱਲ ਕਿ ਜਿਹੜਾ ਵਾਕ ਕਰ ਰਹੇ ਸੀ ਉਹ ਮੈਂ ਆਪ ਜੀ ਨੂੰ ਦੱਸਿਆ ਕਿ ਉਹਨਾਂ ਦੀ ਬੈਕ ਦੀ ਪ੍ਰੋਬਲਮ ਕਰਕੇ, ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਓਪਰੇਸ਼ਨ ਹੋਣ ਕਰਕੇ ਕੀਤਾ। ਤੀਸਰਾ ਇਤਰਾਜ਼ ਸੀ ਜੀ ਕਿ ਗਾਤਰੇ ਪਵਾ ਕੇ ਕੁੜੀਆਂ ਨਚਾਈਆਂ ਗਈਆਂ। ਉਹਦੇ ਬਾਰੇ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੁੜੀਆਂ ਨਚਾਈਆਂ ਗਈਆਂ, ਇਹਦੇ ਵਿੱਚ ਬਹੁਤ ਫਰਕ ਹੈ, ਬਹੁਤ ਫਰਕ ਹੈ। ਕੁੜੀਆਂ ਨਚਾਈਆਂ ਗਈਆਂ ਦਾ ਮਤਲਬ ਹੁੰਦਾ ਹੈ, ਮੈਨੂੰ ਮਾਫ਼ ਕਰਨਾ, ਜਿਹੜਾ ਜਿਵੇਂ ਸਾਡੇ ਇੰਡੀਆ ਰਿਵਾਜ਼ ਹੈ ਕਿ ਵਿਆਹਾਂ 'ਤੇ ਅਸੀਂ ਆਮ ਵੇਖਦੇ ਹਾਂ ਕਿ DJ ਬੁਲਾ ਕੇ ਅਤੇ ਰੈਂਟ 'ਤੇ ਕਿਰਾਏ 'ਤੇ ਨੱਚਣ ਵਾਲੀਆਂ ਕੁੜੀਆਂ ਬੁਲਾ ਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਇੰਟਰਟੇਨ ਕਰਦੇ ਨੇ। ਔਰ ਮੈਂ ਮਾਫ਼ੀ ਮੰਗ ਕੇ ਇਹ ਗੱਲ ਕਰਨ ਲੱਗਾ ਕਿ ਜਿੰਨੇ ਸਾਡੇ ਧਰਮ ਦੇ ਠੇਕੇਦਾਰ ਨੇ ਉਹਨਾਂ ਦੇ ਵਿਆਹਾਂ ਵਿੱਚ ਵੀ ਇਹ ਚੀਜ਼ਾਂ ਅਸੀਂ ਆਮ ਬਿਲਕੁਲ ਜੀ ਬਿਲਕੁਲ ਆਮ ਵੇਖੀਆਂ ਨੇ ਆਮ ਵੇਖੀਆਂ ਨੇ ਜਿਹੜੇ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਅਖਵਾਉਂਦੇ ਨੇ ਉਹਨਾਂ ਲੋਕਾਂ ਦੇ ਵਿਆਹਾਂ ਵਿੱਚ ਵੀ ਅਸੀਂ ਇਹ ਚੀਜ਼ਾਂ ਆਮ ਵੇਖੀਆਂ ਨੇ। ਸਾਧ ਸੰਗਤ ਕੁੜੀਆਂ ਨਚਾਈਆਂ ਨਹੀਂ ਗਈਆਂ, ਉਹਨਾਂ ਦੇ ਪਰਿਵਾਰ ਦੀਆਂ ਸਾਡੇ ਘਰਾਂ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਹੈ, ਸਾਡੇ ਪਰਿਵਾਰਾਂ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਹੈ ਜਾਂ ਆਮ ਸਿੱਖਾਂ ਦੇ ਘਰਾਂ ਵਿੱਚ ਜਦੋਂ ਵਿਆਹ ਸ਼ਾਦੀ ਜਾਂ ਕੋਈ ਜਨਮ ਦਿਨ ਮਨਾਇਆ ਜਾਂਦਾ ਹੈ ਕਿ ਬੱਚੇ ਖੁਸ਼ੀ ਨਹੀਂ ਕਰਦੇ, ਬੱਚੇ ਨੱਚਦੇ ਨਹੀਂ, ਬੱਚੇ ਆਪਣੇ ਮਾਂ ਬਾਪ ਨੂੰ ਖੁਸ਼ ਕਰਨ ਵਾਸਤੇ ਬਹੁਤ ਕੁਛ ਇਸ ਤਰ੍ਹਾਂ ਦੇ ਇੰਟਰਟੇਨਮੈਂਟ ਪ੍ਰੋਗਰਾਮ ਰੱਖਦੇ ਨੇ ਜਿਹਦੇ ਨਾਲ ਮਾਂ ਬਾਪ ਨੂੰ ਖੁਸ਼ੀ ਮਿਲੇ, ਉਸੇ ਦੇ ਤਹਿਤ ਬਾਬਾ ਜੀ ਦੀ ਪਰਿਵਾਰ ਦੇ ਵਿੱਚੋਂ ਹੀ ਉਹ ਬੱਚੀਆਂ ਸਨ, ਉਹ ਬੀਬੀਆਂ ਭੈਣਾਂ ਸਨ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਲੈਣ ਵਾਸਤੇ ਉੱਥੇ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇਹ ਇਤਰਾਜ਼ ਵੀ ਆਇਆ ਕਿ ਫਿਲਮੀ ਗਾਣਿਆਂ 'ਤੇ, ਗੁਰਮੁਖੋ 100% ਫਿਲਮੀ ਗਾਣੇ ਮਾੜੇ ਨਹੀਂ ਹੈ, ਮਾੜੇ ਨਹੀਂ ਹੁੰਦੇ ਬਿਲਕੁਲ। ਉਹਨਾਂ ਦੇ ਵਿੱਚ 5-7-10% ਗਾਣੇ ਐਸੇ ਵੀ ਨੇ ਜਿਹੜੇ ਸਾਡੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਨੇ, ਬਿਲਕੁਲ। ਔਰ ਮਾਂ ਬਾਪ ਦੀ ਇੱਜ਼ਤ, ਮਾਂ ਬਾਪ ਦੀ ਰਿਸਪੈਕਟ ਦੇ ਨਾਲ ਰਿਲੇਟਡ ਉਹ ਗਾਣੇ ਸੀਗੇ ਜਿਨ੍ਹਾਂ ਗਾਣਿਆਂ 'ਤੇ ਉਹਨਾਂ ਨੇ ਆਪਣੇ ਬਾਪ ਨੂੰ ਜਨਮ ਦਿਨ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਤੋਹਫਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ, ਬਿਲਕੁਲ ਜੀ, ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਸਾਡੇ ਵਾਸਤੇ ਤੁਸੀਂ ਬੜੇ ਬੜੇ ਖਾਸ ਹੋ, ਤੁਸੀਂ ਆਮ ਨਹੀਂ ਹੋ। ਹਰ ਬੱਚਾ ਆਪਣੇ ਬਾਪ ਨੂੰ ਕਹਿੰਦਾ ਕਿ ਮੇਰਾ ਬਾਪ ਦੁਨੀਆ ਦਾ ਸਭ ਤੋਂ ਸਪੈਸ਼ਲ ਬਾਪ, ਸਭ ਤੋਂ ਸਪੈਸ਼ਲ ਬਾਪ। ਹਰ ਬੱਚਾ ਆਪਣੀ ਮਾਂ ਨੂੰ ਕਹਿੰਦਾ ਮੇਰੀ ਮਾਂ ਦੁਨੀਆ ਦੀ ਸਭ ਤੋਂ ਸਪੈਸ਼ਲ ਮਾਂ ਹੈ। ਗੁਰਮੁਖੋ ਜੇ ਉੱਥੇ ਸ਼ਬਦ ਲਾ ਕੇ ਕੋਈ ਡਾਂਸ ਕੀਤਾ ਜਾਂਦਾ ਤਾਂ ਸ਼ਾਇਦ ਮੈਂ ਵੀ ਇਤਰਾਜ਼ ਕਰਦਾ, ਬਿਲਕੁਲ ਜੀ, ਮੈਂ ਉਸ ਗੱਲ ਦਾ ਜ਼ਰੂਰ ਇਤਰਾਜ਼ ਕਰਦਾ ਕਿ ਹਾਂ ਸ਼ਬਦ 'ਤੇ ਡਾਂਸ ਕਿਉਂ ਕੀਤਾ ਗਿਆ। ਪਰ ਜੇ ਕੋਈ ਉੱਥੇ ਸਭਿਅਕ ਗਾਣਾ ਲਾ ਕੇ ਉਹਨਾਂ ਨੇ ਆਪਣੇ ਬਾਪ ਦੀ ਖੁਸ਼ੀ ਵਾਸਤੇ ਜਨਮ ਦਿਨ ਵਾਸਤੇ ਕੁਛ ਮਾੜਾ ਨਹੀਂ, ਇਹਦੇ ਵਿੱਚ ਕੁਛ ਮੇਰੇ ਹਿਸਾਬ ਨਾਲ ਕੋਈ ਮਾੜਾ ਨਹੀਂ। ਹਾਂ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਜ਼ਰੂਰ ਸਮਝਾਇਆ ਜਾਏ ਕਿ ਹਾਂ ਮੈਂ ਗਲਤ ਹਾਂ।
ਉਸ ਤੋਂ ਅਗਲੀ ਗੱਲ, ਜਿਸ ਗੱਲ ਦਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੋਇਆ ਕਿ ਸਾਡੇ ਪੰਥਕ ਚੈਨਲ ਅਤੇ ਰੇਡੀਓ ਜਿਨ੍ਹਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਧਾਰਮਿਕ ਮੁੱਦਾ ਜਾਂ ਇਸ ਤਰ੍ਹਾਂ ਦਾ ਪੰਥਕ ਮਸਲਾ ਹੁੰਦਾ ਹੈ, ਪਹਿਲਾਂ ਉਹਦੀ ਚੰਗੇ ਤਰੀਕੇ ਦੇ ਨਾਲ ਤਹਿਕੀਕਾਤ ਕੀਤੀ ਜਾਏ, ਬਿਲਕੁਲ ਉਹਨੂੰ ਸਮਝਿਆ ਜਾਏ ਕਿ ਹੋਇਆ ਕੀ ਸੀ, ਉੱਥੇ ਅਸਲੀਅਤ ਕੀ ਸੀ, ਉਸ ਤੋਂ ਬਾਅਦ ਉਸ ਖਬਰ ਨੂੰ ਫੈਲਾਇਆ ਜਾਏ। ਪਰ ਮੇਰਾ ਖਿਆਲ TRP ਜਿਹੜੀ ਹੈ ਅੱਜ ਕੱਲ੍ਹ ਉਹਨਾਂ ਚੈਨਲਾਂ ਵਾਸਤੇ ਬੜੀ ਜ਼ਰੂਰੀ ਹੈ, ਬੜੀ ਜ਼ਰੂਰੀ। ਸੱਚਾਈ ਜਾਂ ਉਹਦੇ ਨਾਲ ਕੋਈ ਮਤਲਬ ਨਹੀਂ, ਬਸ ਇਹ ਵੇਖਣਾ ਕਿ ਲੋਕ ਭਾਵੁਕ ਕਿਵੇਂ ਹੋਣਗੇ, ਲੋਕ ਗੁੱਸੇ ਵਿੱਚ ਕਿਵੇਂ ਆਉਣਗੇ, ਲੋਕਾਂ ਦਾ ਉਬਾਲ ਕਿਵੇਂ ਚੜ੍ਹੇਗਾ ਅਤੇ ਲੋਕ ਵੱਧ ਤੋਂ ਵੱਧ ਸਾਡੀ ਖਬਰ ਕਿਵੇਂ ਵੇਖਣਗੇ। ਇਸ ਕਰਕੇ ਉਹਨਾਂ ਨੇ ਟਾਈਮ ਜਾਂ ਇਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਪਹਿਲਾਂ ਇਹਦਾ ਕਲੈਰੀਫਿਕੇਸ਼ਨ ਲੈ ਲਈਏ, ਕਿਉਂਕਿ ਥਾਈਲੈਂਡ ਵਿੱਚ ਵੀ ਤਾਂ ਸਿੱਖ ਸੰਗਤ ਹੈ, ਕਿਸੇ ਨੂੰ ਵੀ ਫੋਨ ਕਰ ਸਕਦੇ ਸੀ। ਫੇਸਬੁੱਕ 'ਤੇ ਹੁਣ ਇੰਨਾ ਪ੍ਰਚਾਰ ਵੈਸੇ ਹੋਇਆ, ਫੇਸਬੁੱਕ 'ਤੇ ਕਿਸੇ ਨੂੰ ਪੁੱਛ ਲੈਂਦੇ ਕਿ ਬਈ ਅਸਲੀਅਤ ਕੀ ਹੈ, ਅਸਲੀਅਤ ਕੀ ਹੈ, ਹੋਇਆ ਕੀ ਹੈ। ਪਰ ਬਿਨਾਂ ਕਿਸੇ ਸੋਚ ਵਿਚਾਰ ਤੋਂ ਸਾਡੇ ਸਾਰੇ ਦੇ ਸਾਰੇ ਪੰਥਕ ਚੈਨਲਾਂ ਨੇ, ਮੈਂ ਕਿਸੇ ਚੈਨਲ ਦਾ ਨਾਂ ਨਹੀਂ ਲੈ ਰਿਹਾ, ਕਿਸੇ ਰੇਡੀਓ ਦਾ ਨਾਂ ਨਹੀਂ ਲੈ ਰਿਹਾ, ਪਰ ਅਸਲੀਅਤ ਇਹ ਹੈ ਕਿ ਸਾਰੇ ਚੈਨਲਾਂ ਨੇ, ਸਾਰੇ ਰੇਡੀਓ ਨੇ, ਸਾਰੀਆਂ ਸਾਡੀਆਂ ਪੰਥਕ ਅਖਬਾਰਾਂ ਨੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਛਪਦੀਆਂ ਨੇ ਜਾਂ ਹਿੰਦੁਸਤਾਨ ਦੇ ਵਿੱਚ ਵੀ ਛਪਦੀਆਂ ਨੇ ਇੱਕਾ ਦੁੱਕਾ, ਸਾਰਿਆਂ ਨੇ ਇਸ ਖਬਰ ਨੂੰ ਆਪਣੀ ਖੁਸ਼ੀ ਵਾਸਤੇ, ਆਪਣੇ ਮਤਲਬ ਆਪਣੀਆਂ ਰੋਟੀਆਂ ਸੇਕਣ ਵਾਸਤੇ ਵੱਧ ਤੋਂ ਵੱਧ ਫੈਲਾਇਆ, ਬਿਨਾਂ ਸੋਚੇ ਸਮਝੇ। ਅੱਛਾ, ਉਸ ਤੋਂ ਬਾਅਦ ਵੀਰ ਜੀ ਕੀ ਹੋਇਆ, ਜਦੋਂ ਰਿਪਲਾਈ ਆ ਗਈ, ਜਦੋਂ ਕਲੈਰੀਫਿਕੇਸ਼ਨ ਆ ਗਈ, ਫਿਰ ਉਲਟੇ ਹੋ ਕੇ ਬਿਲਕੁਲ ਉਹਨਾਂ ਹੀ ਚੈਨਲਾਂ ਨੇ ਫਿਰ ਫਿਰ ਪੋਜ਼ਿਟਿਵ ਲੈ ਕੇ ਆਪਣੀ TRP ਫਿਰ ਉਹਨਾਂ ਦੇ ਤੇ ਦੋਵੇਂ ਪਾਸੇ ਚੋਪੜੇ ਗਏ। ਸੋ ਜ਼ਿਆਦਾ ਵਧੀਆ ਇਹ ਹੋਣਾ ਸੀ ਕਿ ਪਹਿਲਾਂ ਖਬਰ ਦੀ ਤਹਿਕੀਕਾਤ ਕਰਦੇ, ਉਸ ਤੋਂ ਬਾਅਦ ਸਾਨੂੰ ਗਾਲਾਂ ਵੀ ਕਢਵਾ ਲਈਆਂ। ਚਲੋ, ਸਾਡੀਆਂ ਗਾਲਾਂ ਦੀ ਤਾਂ ਖੈਰ ਹੈ, ਵਾਹਿਗੁਰੂ, ਕੋਈ ਗੱਲ ਨਹੀਂ, ਅਸੀਂ ਤਾਂ ਗੁਰੂ ਨੂੰ ਸਮਰਪਿਤ ਹਾਂ, ਮਰਨਾ ਜੀਣਾ ਗੁਰੂ ਲਿਖੇ ਹੈ, ਜੇ ਗੁਰੂ ਕੀ ਸੰਗਤ ਗਾਲਾਂ ਕੱਢ ਰਹੀ ਹੈ ਤਾਂ ਸਿਰ ਮੱਥੇ ਪ੍ਰਵਾਨ। ਅਗਲੀ ਗੱਲ ਕਿ ਮੈਨੂੰ ਬਹੁਤ ਸਾਰੇ ਸੁਹਿਰਦ ਵੀਰਾਂ ਦਾ ਫੋਨ ਆਇਆ, ਫੋਨ 'ਤੇ ਜਦੋਂ ਗੱਲ ਹੋਈ ਉਹਨਾਂ ਨਾਲ, ਮੈਂ ਇਸ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਇਆ, ਉਹ ਕਹਿੰਦੇ ਕਿ ਭਾਈ ਸਾਹਿਬ ਇਹਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਗੱਲ ਗਲਤ ਹੈ। ਬਿਲਕੁਲ ਜੀ, ਅਤੇ ਚਲੋ ਮੈਂ ਇੱਕ ਗੱਲ ਮੰਨਦਾ ਕਿ ਹਾਂ, ਵੀਰ ਗੁਰਪ੍ਰੀਤ ਸਿੰਘ ਜੀ, ਮੈਂ ਸਮਝਦਾ ਕਿ ਸਾਨੂੰ ਇੰਨਾ ਕੁਛ ਬੋਲਣ ਤੋਂ ਬਾਅਦ ਵੀ ਲੋਕਾਂ ਨੇ ਛੱਡਣਾ ਨਹੀਂ ਹੈ। ਸਹੀ ਗੱਲ ਹੈ ਜੀ, ਬਿਲਕੁਲ, ਜਿਹੜੀ ਸਾਡੀ ਫੇਸਬੁੱਕ ਵਾਲੀ ਕੌਮ ਹੈ ਨਾ, ਉਹਨਾਂ ਨੇ ਅੱਗੇ ਸਵਾਲ ਤੋਂ ਸਵਾਲ ਪੁੱਛਣੇ ਨੇ, ਉਹ ਸੁਣਨਾ ਹੀ ਨਹੀਂ ਚਾਹੁੰਦੇ ਜੀ, ਉਹ ਅੱਗੇ ਦੀ ਅੱਗੇ। ਮੈਂ ਇੱਕ ਗੱਲ ਕਹਿੰਦਾ ਹੁੰਦਾ, ਜੇ ਮੇਰਾ ਤੁਹਾਡਾ ਪਿਆਰ ਹੈ ਤੇ ਮੈਂ ਆਪਣੇ ਪਿਆਰ ਤੱਕ ਸੀਮਿਤ ਰਵਾਂ, ਮੈਂ ਸਮਝਾਂ ਕਿ ਗੁਰਪ੍ਰੀਤ ਸਿੰਘ ਜੀ ਮੇਰੇ ਨਾਲ ਬੜੇ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਨੇ, ਮੇਰਾ ਵਾਸਤਾ, ਮੇਰਾ ਜਿਹੜਾ ਮਤਲਬ ਹੈ ਉਹ ਸਿਰਫ ਇੱਥੇ ਤੱਕ ਹੈ, ਨਾ ਕਿ ਮੈਂ ਇਹ ਕੋਸ਼ਿਸ਼ ਕਰਾਂ ਕਿ ਗੁਰਪ੍ਰੀਤ ਸਿੰਘ ਦਾ ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਉਹਨੇ ਕੀ ਕੀਤਾ, ਉਹਨੇ ਕਿਸ ਤਰ੍ਹਾਂ ਦੇ ਕੰਮ ਕੀਤੇ, ਉਹਨੇ ਕਿੰਨੀਆਂ ਚੋਰੀਆਂ ਕੀਤੀਆਂ, ਕਿੰਨੀਆਂ ਠੱਗੀਆਂ ਕੀਤੀਆਂ, ਕੀ ਹੋਇਆ ਕੀ ਨਹੀਂ ਹੋਇਆ, ਮੇਰਾ ਪੋਤੜੇ ਫੋਲਣ ਦਾ ਕੋਈ ਮਤਲਬ ਨਹੀਂ। ਬਿਲਕੁਲ, ਹਾਂਜੀ, ਬਿਲਕੁਲ ਸਹੀ। ਸੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਵੇਖੋ, ਕਿਸੇ ਵੀ ਸੰਸਥਾ ਦੇ ਜਦੋਂ ਤੁਸੀਂ ਅੰਦਰ ਤੱਕ ਵੜਨ ਦੀ ਕੋਸ਼ਿਸ਼ ਕਰੋਗੇ ਤੇ ਜੇ ਵਕੀਲ ਬਣ ਕੇ ਵਕਾਲਤ ਕਰਕੇ ਕੁਝ ਲੱਭਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਲੱਭ ਜਾਏਗਾ। ਸਹੀ ਗੱਲ। ਪਰ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਆਪਾਂ ਆਪਣੇ ਉਸ ਮਤਲਬ ਤੱਕ ਮਤਲਬ ਰੱਖੀਏ ਕਿ ਸਾਨੂੰ ਗੁਰੂ ਨਾਲ ਜੋੜਿਆ ਜਾ ਰਿਹਾ, ਸਾਨੂੰ ਗੁਰੂ ਦੀ ਬਾਣੀ ਦਾ ਆਹ ਮੈਸੇਜ ਮਿਲ ਰਿਹਾ, ਸਾਨੂੰ ਗੁਰੂ ਦੀ ਬਾਣੀ ਦਾ ਆਹ ਸੰਦੇਸ਼ ਮਿਲ ਰਿਹਾ, ਅਸੀਂ ਉਸ ਸੰਦੇਸ਼ ਤੱਕ ਸੀਮਿਤ ਰਹੀਏ, ਉੱਥੇ ਤੱਕ ਸੀਮਿਤ ਰਹੀਏ। ਸੋ ਸਾਧ ਸੰਗਤ ਜੀ, ਮਾਫ਼ ਕਰਨਾ, ਜਿਹੜਾ ਸਾਡਾ ਪੱਖ ਸੀ ਉਹ ਅਸੀਂ ਆਪ ਜੀ ਨਾਲ ਸਾਂਝਾ ਕੀਤਾ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਛੱਡਣਾ ਸਾਨੂੰ ਹਾਲੀ ਵੀ ਲੋਕਾਂ ਨੇ ਨਹੀਂ ਹੈਗਾ, ਪਰ ਜੋ ਅਸਲੀਅਤ ਸੀ ਉਹ ਅਸੀਂ ਦੱਸੀ ਹੈ। ਔਰ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦੀ ਸੱਚਾਈ ਤੋਂ ਵੀ ਕੀਰਤਨੀਆਂ ਨੂੰ ਕੀਰਤਨ ਕਰਨ ਤੋਂ ਰੋਕਿਆ ਜਾਏਗਾ
ਤੇ ਫਿਰ ਬੜੀ ਮੁਸ਼ਕਲ ਹੋ ਜਾਏਗੀ ਕਿ ਕੋਈ ਵੀ ਕੀਰਤਨੀਆ ਹਿੰਮਤ ਨਹੀਂ ਕਰੇਗਾ ਕਿ ਉਹ ਕੀਰਤਨ ਵਾਲੇ ਪਾਸੇ ਆਪਣੇ ਆਪ ਨੂੰ ਹੋਰ ਅਗਾਂਹ ਵਧਾਵੇ ਜਾਂ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਇਹ ਆਖੇ ਕਿ ਹਾਂ ਕੀਰਤਨ ਵਾਲੇ ਪਾਸੇ ਤੁਰੋ। ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਗੁਰੂ ਕੇ ਕੀਰਤਨੀਏ ਹਾਂ, ਪਰ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਉਹਦੇ ਨਾਲ ਨਾਲ ਜਿਹੜੀ ਸਿਰਫ ਲਿਮਿਟਡ ਕੌਮ ਫੇਸਬੁੱਕ ਵਾਲੀ ਹੈ ਜਿੰਨੀਆਂ ਗਾਲਾਂ ਉਹ ਕੱਢਦੀ ਹੈ, ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਉਹ ਗਾਲਾਂ ਹੈਵੀ ਹੋ ਗਈਆਂ। ਜਿਸ ਤਰ੍ਹਾਂ ਜੇ 6 ਦਿਨਾਂ ਦਾ ਕੀਰਤਨ ਲਾਈਏ ਅਤੇ 12 ਦੇ ਹਿਸਾਬ ਦੇ ਨਾਲ 72 ਘੰਟੇ ਕੀਰਤਨ ਹੋਇਆ, ਪਰ 72 ਘੰਟੇ ਕੀਰਤਨ ਦੀ ਸੋਭਾ ਨਹੀਂ ਕੀਤੀ ਗਈ, ਉਸ 1.5 ਮਿੰਟ ਦੀ ਉਸ ਕਲਿੱਪ ਦੀ ਬਖਤੋਈ ਜ਼ਰੂਰ ਹੋਈ ਕਿ ਬਾਬਾ ਜੀ ਪਾਲਕੀ 'ਚ ਬੈਠ ਕੇ, ਸੋਨੇ ਦੀ ਪਾਲਕੀ ਵਿੱਚ ਬੈਠ ਕੇ ਉੱਥੇ ਆਏ। ਸੋ ਸਾਧ ਸੰਗਤ, ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿਆਂ ਕਿ ਜਿਸ ਤਰ੍ਹਾਂ ਸਾਨੂੰ ਕੀਰਤਨ ਕਰਦਿਆਂ ਨੂੰ ਦਾਸ ਦੇ ਜਥੇ ਨੂੰ ਬਣੇ ਨੂੰ ਲਗਭਗ 30 ਸਾਲ ਤੋਂ ਵੀ ਵਧੇਰੇ ਸਮਾਂ ਹੋ ਗਿਆ, ਮੇਰੇ ਖਿਆਲ 30 ਸਾਲ ਦੀ ਕੀਰਤਨ ਦੀ ਕਮਾਈ ਮੇਰੀ ਪਿੱਛੇ ਛੱਡ ਕੇ ਅਤੇ ਤੁਸੀਂ ਸਿਰਫ ਇਸ ਗੱਲ ਦੀਆਂ ਗਾਲਾਂ ਮੈਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਸਾਧੂ ਤੁਹਾਡੇ ਕੀਰਤਨ ਕਰਦਿਆਂ ਉੱਥੇ ਵਾਕ ਕਰ ਰਿਹਾ, ਬਿਲਕੁਲ ਜੀ ਉੱਥੇ ਘੁੰਮ ਰਿਹਾ। ਚਲੋ ਇਹ ਤੁਹਾਡਾ ਪਰਵਾਨਾ ਜਿਹੜਾ ਉਹ ਸਾਡੇ ਸਿਰ ਮੱਥੇ 'ਤੇ, ਪਰ ਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ ਜੇ ਅਸੀਂ ਕਿਧਰੇ ਗਲਤ ਹੋਈਏ, ਕਿਤੇ ਸਾਡੇ ਕੋਲੋਂ ਕੋਈ ਗਲਤੀ ਹੋਵੇ ਤਾਂ ਸਤਿਗੁਰੂ ਜੀ ਸਾਨੂੰ ਸਿੱਧਾ ਰਾਹ ਦਿਖਾਉਣ। ਬਾਕੀ ਮੇਰੇ ਵੀਰੋ, ਇੰਨੀ ਮੇਰੀ ਬੇਨਤੀ ਜ਼ਰੂਰ ਹੈ ਕਿ ਅਸੀਂ ਸਾਰੇ ਹੀ ਸੰਪੂਰਨ ਨਹੀਂ ਹਾਂ, ਸੰਪੂਰਨ ਕੋਈ ਵੀ ਨਹੀਂ, ਅਕਾਲ ਪੁਰਖ ਹੈ, ਕੋਈ ਵੀ ਨਹੀਂ, ਕੋਈ ਵੀ ਸੰਪੂਰਨ ਨਹੀਂ ਹੈ, ਪਰ ਕਿਸੇ ਦੇ ਪਰਿਵਾਰਕ ਖੁਸ਼ੀ ਦੇ ਵਿੱਚ ਅਸੀਂ ਆਪਣਾ ਇੰਟਰਫੇਅਰ ਕਰੀਏ ਜਾਂ ਉਹਦੇ 'ਤੇ ਕਿੰਤੂ ਪਰੰਤੂ ਕਰੀਏ ਜਾਂ ਉਹਦੇ ਵਿੱਚੋਂ ਗੱਲਾਂ ਲੱਭਣ ਦੀ ਕੋਸ਼ਿਸ਼ ਕਰੀਏ ਕਿ ਉਹਨੇ ਆਪਣੇ ਪਰਿਵਾਰਕ ਫੰਕਸ਼ਨ ਦੇ ਵਿੱਚ ਆਹ ਕੰਮ ਕੀਤਾ ਅਤੇ ਇਸ ਤਰ੍ਹਾਂ ਸੀ, ਇਸ ਤਰ੍ਹਾਂ ਸੀ, ਇਸ ਤਰ੍ਹਾਂ ਸੀ, ਮੇਰਾ ਖਿਆਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਾਧ ਘਾਟ ਦੀ ਮਾਫੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।